ਪ੍ਰਾਈਮੇਸ਼ਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜਗਰਾਜਦੀਪ ਸਿੰਘ ਇਸ ਸ਼ੋਅ ਵਿੱਚ ਸਵਾਗਤ ਕਰਦਾ। ਇਸ ਸ਼ੋਅ ਵਿੱਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਵੱਖ-ਵੱਖ ਸ਼ਖਸੀਅਤਾਂ ਨੂੰ ਤੁਹਾਡੇ ਨਾਲ ਰੂਬਰੂ ਕਰਾਇਆ ਜਾਏ। 2019 ਦੀਆਂ ਕੈਨੇਡਾ ਦੀਆਂ ਫੈਡਰਲ ਚੋਣਾਂ ਦੇ ਮੱਦੇਨਜ਼ਰ ਅਸੀਂ ਵੱਖ-ਵੱਖ ਪਾਰਟੀ ਦੇ ਉਮੀਦਵਾਰਾਂ ਅਤੇ ਮੌਜੂਦਾ ਐਮਪੀਆਂ ਨੂੰ ਤੁਹਾਡੇ ਸਾਹਮਣੇ ਤੁਹਾਡੀ ਕਚਹਿਰੀ ਵਿੱਚ ਲੈ ਕੇ ਆ ਰਹੇ ਹਾਂ। ਇਸੇ ਦੇ ਮੱਦੇਨਜ਼ਰ ਅੱਜ ਸਾਡੇ ਨਾਲ ਸਟੂਡੀਓ ਵਿੱਚ ਬ੍ਰੈਂਪਟਨ ਵੈਸਟ ਤੋਂ ਲਿਬਰਲ ਪਾਰਟੀ ਦੇ 2019 ਦੇ ਉਮੀਦਵਾਰ ਅਤੇ ਮੌਜੂਦਾ ਐਮਪੀ ਕਮਲ ਖਹਿਰਾ ਸਟੂਡੀਓ ਵਿੱਚ ਹਾਜ਼ਰ ਨੇ। ਆਓ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ 2015 ਤੋਂ ਲੈ ਕੇ ਹੁਣ ਤੱਕ ਦਾ ਇਹਨਾਂ ਦਾ ਸਫ਼ਰ ਕਿਸ ਤਰ੍ਹਾਂ ਰਿਹਾ ਅਤੇ ਅੱਗੇ ਵਾਸਤੇ ਇਹਨਾਂ ਦੀ ਕੀ ਰਣਨੀਤੀ ਹੈ। ਕਮਲ ਜੀ, ਤੁਹਾਡਾ ਬਹੁਤ ਸਵਾਗਤ ਹੈ ਜੀ ਪ੍ਰਾਈਮੇਸ਼ਰ ਟੀਵੀ ਦੇ ਉੱਤੇ। ਥੈਂਕ ਯੂ ਸੋ ਮੱਚ। ਤਕਰੀਬਨ 4 ਸਾਲ ਹੋ ਗਏ ਤੁਹਾਨੂੰ ਆਫਿਸ ਦੇ ਵਿੱਚ। ਜੇ ਆਪਾਂ ਜਸਟ ਵੇਰਵਾ ਦੇਖੀਏ, ਜਸਟ ਬਰਡਸ ਆਈ ਵਿਊ, ਕਿਵੇਂ ਦਾ ਰਿਹਾ ਤੁਹਾਡਾ 4 ਸਾਲ ਦਾ ਸਮਾਂ? ਤੁਸੀਂ ਕੀ ਕੀ ਪ੍ਰਾਪਤੀਆਂ ਕੀਤੀਆਂ ਨੇ ਅਤੇ ਕਿੰਨੇ ਸੈਟਿਸਫਾਈਡ ਹੋ ਤੁਸੀਂ? ਥੈਂਕ ਯੂ ਵੀਰ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸਾਰਿਆਂ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਬਹੁਤ ਖੁਸ਼ੀ ਹੁੰਦੀ ਹੈ ਦੇਖ ਕੇ ਕਿ ਜਿਹੜਾ ਕਿ ਆਪਾਂ 2015 ਦੇ ਅੰਦਰ ਜਿਹੜਾ ਅਸੀਂ ਪਲੈਟਫਾਰਮ ਲੈ ਕੇ ਆਏ ਸੀਗੇ, ਜਦੋਂ ਅਸੀਂ ਡੋਰ ਨੌਕ ਕਰਨ ਜਾਂਦੇ ਹੁੰਦੇ ਸੀਗੇ, ਯੂ ਨੋ ਸਮ ਆਫ ਦ ਕੰਸਰਨਸ ਆਪਾਂ ਦੇਖਦੇ ਸੀ ਕਿ ਜਿਹੜੀ ਮਿਡਲ ਕਲਾਸ ਹੈਗੀ ਆ, ਦੇ ਡਿਡਨਟ ਫਾਈਂਡ ਦ ਸੇਮ ਓਪਰਚੁਨਿਟੀਜ਼, ਜਿਹੜੀ ਕਿ ਯੂ ਨੋ ਦੈਟ ਦੇ ਵਰ ਦ ਵਨ ਦੈਟ ਵਰ ਸਫਰਿੰਗ ਐਕਚੁਅਲੀ ਫੋਰ ਅ ਲੌਂਗ ਟਾਈਮ। ਸੋ ਵਟ ਵੀਰ ਜੀ, ਵਟ ਵੀ ਡਿਡ, ਵਨ ਆਫ ਦ ਫਰਸਟ ਥਿੰਗਸ ਆਫ ਦ ਗਵਰਨਮੈਂਟ ਦੈਟ ਵੀ ਡਿਡ, ਵੀ ਐਕਚੁਅਲੀ ਜਿਹੜੀ ਮਿਡਲ ਕਲਾਸ ਟੈਕਸ ਕੱਟ ਸੀਗਾ ਉਹ ਕੱਟ ਕੀਤਾ, ਐਂਡ ਵੀ ਡਿਡ ਦੈਟ ਬਾਈ ਰੇਜ਼ਿੰਗ ਟੌਪ ਵੈਲਥੀਅਸਟ 1% ਜਿਹੜਾ ਸੀਗਾ ਟੈਕਸ ਵਧਾ ਕੇ। ਉਹ ਤੋਂ ਬਾਅਦ ਵੀਰ ਜੀ, ਅਸੀਂ ਕੈਨੇਡਾ ਚਾਵਲ ਬੈਨੀਫਿਟ ਇੰਟਰੋਡਿਊਸ ਕੀਤਾ, ਜਿਹੜਾ ਕਿ ਆਈ ਫੀਲ ਲਾਈਕ ਆਫਟਰ ਮੈਡੀਕੇਅਰ ਇਸ ਦ ਸੈਕਿੰਡ ਬਿਗੈਸਟ ਸੋਸ਼ਲ ਪਾਲਿਸੀ ਜਿਹੜੀ ਕਿ ਸਾਡੀ ਕੰਟਰੀ 'ਚ ਹੋਈ ਹੈ। ਕਿਉਂਕਿ ਇਫ ਯੂ ਲੁੱਕ ਐਟ ਇਟ, 10 ਵਿੱਚੋਂ 9 ਫੈਮਲੀਜ਼ ਆਰ ਐਕਚੁਅਲੀ ਗੈਟਿੰਗ ਮੋਰ ਮਨੀ ਬੈਕ ਦੈਨ 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 ਐਵਰ ਬਿਫੋਰ। ਸੋ ਵੀਰ ਜੀ, ਇਫ ਯੂ ਲੁੱਕ ਐਟ ਕਿ ਉਹ ਦਾ ਕੀ ਫਾਇਦਾ ਹੋਇਆ ਹੈਗਾ ਆ, ਹੁਣ ਜੇ ਤੁਸੀਂ ਆਪਣੀ ਇਕਾਨਮੀ ਦੀ ਗੱਲ ਕਰੋ, ਵੀ ਹੈਵ ਦ ਫਾਸਟੈਸਟ ਗੋਇੰਗ ਇਕਾਨਮੀ ਇਨ ਦ G7। ਜੇ ਤੁਸੀਂ ਦੇਖੋ ਅਨਇੰਪਲੋਇਮੈਂਟ ਰੇਟ ਇੰਨਾ ਘੱਟ 40 ਈਅਰਸ ਦੇ ਵਿੱਚ, ਆਰ ਡੀ ਬੈਨਟ ਪ੍ਰਧਾਨ ਮੰਤਰੀ ਸੀਗੇ ਉਹ ਤੋਂ ਘੱਟ, ਉਸ ਟਾਈਮ 40 ਈਅਰਸ ਲੋ ਹੈਗਾ ਆ ਅਨਇੰਪਲੋਇਮੈਂਟ ਰੇਟ। ਜੇ ਤੁਸੀਂ ਦੇਖੋ ਜੋਬਸ ਦੀ ਬਾਰੇ ਗੱਲ ਜੇ ਆਪਾਂ ਕਰਦੇ ਹੈਗੇ ਹਾਂ, ਮੋਰ ਦੈਨ 900,000 ਜੋਬਸ ਹੈਵ ਬੀਨ ਕ੍ਰੀਏਟਿਡ, ਐਂਡ ਮੋਰ ਦੈਨ 800,000 ਪੀਪਲ ਹੈਵ ਬੀਨ ਲਿਫਟਡ ਆਊਟ ਆਫ ਪਾਵਰਟੀ, ਜਿਹੜੀ ਕਿ ਉਹ ਪਾਵਰਟੀ ਲਾਈਨ ਦੇ ਥੱਲੇ ਸੀਗੇ, ਹੁਣ ਉਹ ਸਾਲਾਂ ਵਿੱਚੋਂ ਦੇ ਆਰ ਐਕਚੁਅਲੀ ਡੂਇੰਗ ਮੱਚ ਬੈਟਰ ਦੈਨ ਦੈਟ। ਅਤੇ ਜੇ ਇਫ ਆਈ ਕੈਨ ਜਸਟ ਪੁੱਟ ਇਨ ਵਨ ਕੰਟੈਕਸਟ, ਕਿ ਐਨ ਐਵਰੇਜ ਕੈਨੇਡੀਅਨ ਮਿਡਲ ਕਲਾਸ ਫੈਮਲੀ ਕੋਲ ਹੁਣ $2,000 ਜ਼ਿਆਦਾ ਨੇ ਜਿਹੜੇ ਕਿ 2015 ਦੇ ਵਿੱਚ ਸੀਗੇ। ਸੋ ਇਫ ਯੂ ਲੁੱਕ ਐਟ ਵਟ ਵੀ ਡਨ ਐਂਡ ਵਟ ਵੀਰ ਡੂਇੰਗ ਇਨ ਟਰਮਸ ਆਫ ਇਕਾਨਮੀ, ਆਈ ਥਿੰਕ ਵੀ ਹੈਵ ਅ ਗ੍ਰੇਟ ਸਟੋਰੀ ਟੂ ਟੈਲ। ਵੀਰ ਉਹਦੇ ਨਾਲ ਅਸੀਂ ਹੋਰ ਬੋਲਡ ਡਿਸੀਜਨਸ ਲੈ ਰਹੇ ਹੈਗੇ ਆ, ਵੈਦਰ ਇਜ਼ ਕਲਾਈਮੇਟ ਚੇਂਜ ਔਰ ਵੈਦਰ ਇਟ ਇਜ਼ ਡਿਊਰਿੰਗ ਇਮੀਗ੍ਰੇਸ਼ਨ, ਟੂ ਇਨਸ਼ੋਰ ਦੈਟ ਵੀ ਹੈਵ ਅ ਰੋਬਸਟ ਪਲੇਸ ਦੈਟ ਵੀ ਕਾਲ ਹੋਮ। ਤੁਸੀਂ ਇੰਟਰਨੈਸ਼ਨਲ ਮੁੱਦਿਆਂ ਦੀ ਗੱਲਬਾਤ ਕੀਤੀ ਹੈ, ਤੁਸੀਂ ਪਾਰਲੀਮੈਂਟਰੀ ਸੈਕਟਰੀ ਵੀ ਹੈਗੇ ਹੋ ਇੰਟਰਨੈਸ਼ਨਲ ਡਿਵੈਲਪਮੈਂਟ ਦੇ। ਆਪਾਂ ਇਹ ਤੋਂ ਦੇਖਦੇ ਹਾਂ, ਇਹ ਜਿਹੜਾ 4 ਸਾਲ ਦਾ ਸਮਾਂ ਰਿਹਾ ਪਹਿਲਾਂ ਕੈਨੇਡਾ ਦੀ, ਇੰਟਰਨੈਸ਼ਨਲ ਲੈਵਲ 'ਤੇ ਕੀ ਇਮੇਜ ਰਹੀ? ਇੱਕ ਪਾਸੇ ਆਪਾਂ ਆਪਣੇ ਗੁਆਂਢੀ ਮੁਲਕ ਨੂੰ ਦੇਖਦੇ ਹਾਂ, ਰਸ਼ੀਆ, ਨੌਰਥ ਕੋਰੀਆ ਨਾਲ, ਜਿਨ੍ਹਾਂ ਨਾਲ ਬਹੁਤ ਉਹਨਾਂ ਦਾ ਇੱਟ ਕੁੱਤੇ ਦਾ ਵੈਰ ਹੈਗਾ, ਅਤੇ ਹੁਣ ਕਾਫੀ ਉਹਨਾਂ ਨਾਲ ਦੋਸਤੀ ਦੇ ਹੱਥ ਵਧਾਏ ਜਾ ਰਹੇ ਨੇ, ਅਤੇ ਆਪਾਂ ਕੈਨੇਡਾ ਨੂੰ ਇੱਕ ਪਾਸੇ ਵੇਖਦੇ ਹਾਂ, ਸਾਊਦੀ ਅਰੇਬੀਆ ਅੱਖਾਂ ਦਿਖਾਉਂਦਾ ਆ, ਚੀਨ ਨਾਲ ਰੌਲਾ ਚੱਲਦਾ, ਈਵਨ ਫਿਲੀਪੀਨਸ ਜਿਹੜਾ ਹੈਗਾ ਉਹ ਦਬਕਾ ਮਾਰਦਾ ਪਿਆ, ਇੰਟਰਨੈਸ਼ਨਲ ਲੈਵਲ 'ਤੇ ਜਿਹੜੀ ਕੈਨੇਡਾ ਦੀ ਇਮੇਜ ਆ ਉਹ ਕਿੱਧਰ ਨੂੰ ਜਾ ਰਹੀ ਹੈ, ਉਸ ਬਾਰੇ ਕੀ ਕਹੋਗੇ ਤੁਸੀਂ? ਵੀਰ ਜੀ, ਮੈਨੂੰ ਜਿਵੇਂ ਤੁਸੀਂ ਮੈਨੂੰ ਜਿਵੇਂ ਤੁਸੀਂ ਕਹਿੰਦੇ ਹੈਗੇ ਹੋ ਐਜ਼ ਪਾਰਲੀਮੈਂਟਰੀ ਸੈਕਟਰੀ ਟੂ ਇੰਟਰਨੈਸ਼ਨਲ ਡਿਵੈਲਪਮੈਂਟ, ਮੈਨੂੰ ਬਹੁਤ ਮੌਕਾ ਮਿਲੇ ਹੈਗੇ ਆ, ਯੂ ਨੋ UN 'ਤੇ ਜਾ ਕੇ ਟੂ ਸਪੀਕ ਔਨ ਬਿਹਾਫ ਆਫ ਕੈਨੇਡਾ, ਜਾਂ ਹੋਰ ਮੈਂ ਇੰਡੀਆ ਗਈ ਸੀਗੀ, ਮੈਂ ਕੈਰੇਬੀਅਨ ਰੀਜਨ 'ਚ ਗਈ ਸੀਗੀ, ਟੂ ਰੀਅਲੀ ਲੁੱਕ ਐਟ ਵੀਰ ਜੀ ਕਿ ਅਸੀਂ ਕੀ ਕੰਮ ਕਰ ਰਹੇ ਹੈਗੇ ਹਾਂ। ਅਤੇ ਸਾਡਾ ਫੋਕਸ ਸਪੈਸ਼ਲੀ ਜਿਹੜੀ ਮੇਰੀ ਇੰਟਰਨੈਸ਼ਨਲ ਡਿਵੈਲਪਮੈਂਟ ਦਾ ਹੈਗਾ ਆ, ਜਦ ਅਸੀਂ 2015 'ਚ ਆਏ ਸੀਗੇ, ਪ੍ਰਾਈਮ ਮਿਨਿਸਟਰ ਨੇ ਉਸ ਟਾਈਮ ਜਿਹੜੇ ਕਿ ਇੰਟਰਨੈਸ਼ਨਲ ਡਿਵੈਲਪਮੈਂਟ ਮਿਨਿਸਟਰ ਸੀਗੇ, ਉਹਨਾਂ ਨੂੰ ਕਿਹਾ ਕਿ ਲੁੱਕ ਐਟ ਕਿ ਸਭ ਤੋਂ ਵਲਨਰੇਬਲ ਕਮਿਊਨਿਟੀਜ਼ ਅਤੇ ਵਲਨਰੇਬਲ ਯੂ ਨੋ ਕਮਿਊਨਿਟੀਜ਼ ਅਤੇ ਲੋਕ ਕਿਹੜੇ ਹੈਗੇ ਆ, ਐਂਡ ਵੀ ਮੇਕ ਸ਼ੋਰ ਕਿ ਜਿਹੜਾ ਵੀ ਆਪਣਾ ਏਡ ਜਾਂਦਾ ਹੈਗਾ ਕੈਨੇਡਾ ਦੇ ਥਰੂ, ਇਟਸ ਐਕਚੁਅਲੀ ਫੋਕਸ ਔਨ ਦਮ। ਅਤੇ ਜਦ ਅਸੀਂ ਕੰਸਲਟੇਸ਼ਨਸ ਕੀਤੀਆਂ ਆਲ ਥਰੂ ਆਊਟ ਕੈਨੇਡਾ, ਆਪਣੀ NGOs, ਆਪਣੀ ਸਿਵਲ ਸੋਸਾਇਟੀਜ਼ ਨਾਲ ਲੈ ਕੇ, ਵੀ ਹੈਵ ਲੁੱਕਡ ਐਟ ਦ ਵੂਮਨ ਐਂਡ ਗਰਲਸ। ਜੇ ਤੁਸੀਂ ਜੈਂਡਰ ਇਕੁਆਲਿਟੀ ਦਾ ਪੀਸ ਦੇਖੋ ਵੀਰ ਜੀ, ਕੈਨੇਡਾ ਇਜ਼ ਟੇਕਿੰਗ ਅ ਲੀਡ। ਸਾਡੀ ਹੁਣ ਅਸੀਂ ਵੀ ਐਕਚੁਅਲੀ ਕੇਮ ਅਪ ਵਿਦ ਅ ਫੈਮਿਨਿਸਟ ਇੰਟਰਨੈਸ਼ਨਲ ਅਸਿਸਟੈਂਸ ਪਾਲਿਸੀ, ਜਿਹੜੀ ਕਿ ਲੁਕਿੰਗ ਐਟ ਟੂ ਮੇਕ ਸ਼ੋਰ ਕਿ ਜਿਹੜੀ ਬਾਈ 2020 ਐਵਰੀ ਏਡ ਦੈਟ ਵੇਅਰ ਫੋਕਸਿੰਗ ਔਨ ਹੈਜ਼ ਟੂ ਮੀਟ ਜੈਂਡਰ ਇਕੁਆਲਿਟੀ ਐਂਡ ਵੇਅਰ ਫੋਕਸ ਔਨ ਇੰਪਾਵਰਮੈਂਟ ਆਫ ਗਰਲਸ, ਵੁਮਨ ਐਂਡ ਗਰਲਸ ਅਰਾਊਂਡ ਦ ਵਰਲਡ। ਵੀਰ ਜੀ, ਆਹ ਜਿਹੜਾ ਬੋਲਡ ਐਕਸ਼ਨ ਕੈਨੇਡਾ ਨੇ ਲਿੱਤਾ ਆ, ਵੀ ਆਰ ਦ ਕੰਟਰੀਜ਼ ਦੈਟ ਵਿਲ ਸਪੀਕ ਅਪ ਫੋਰ ਦ ਰੂਲ ਆਫ ਲਾ, ਵੀ ਆਰ ਦ ਕੰਟਰੀ ਦੈਟ ਵਿਲ ਆਲਵੇਜ਼ ਸਪੀਕ ਅਪ ਅਗੇਂਸਟ ਹਿਊਮਨ ਰਾਈਟਸ, ਬਿਕਾਜ਼ ਆਈ ਥਿੰਕ ਦੈਟ ਸਮਥਿੰਗ ਦੈਟ ਇਜ਼ ਬੋਲਡ। ਅਤੇ ਜੇ ਮੈਨੂੰ ਹਮੇਸ਼ਾ ਲੱਗਦਾ ਹੈਗਾ ਕਿ ਜਦ ਮੈਂ ਐਕਚੁਅਲੀ ਆਈ ਗੋ ਆਊਟਸਾਈਡ ਆਫ ਅ ਕੈਨੇਡਾ, ਯੂ ਸੀ ਅ ਲੋਟ ਮੋਰ ਅਪਰੀਸ਼ੀਏਸ਼ਨ ਫੋਰ ਕੈਨੇਡਾ ਸਮਟਾਈਮਸ ਦੈਟ ਇਟ ਇਜ਼ ਇਨਸਾਈਡ, ਰਾਈਟ? ਕਿਉਂਕਿ ਸਾਨੂੰ ਪਤਾ ਨਹੀਂ ਕਿ ਹਾਊ ਗੁੱਡ ਵੀ ਹੈਵ ਇਟ, ਐਂਡ ਕੈਨੇਡਾ ਇਜ਼ ਪਲੇਇੰਗ ਅ
leadership role in gender equality. In the G7, we're working really hard for the youth, all across the world. So I think the reputation has been that Canada will continue to stand up for whether it is climate change, whether it is gender or woman issues, because oho sadi pehchan hegi a ise karke vakh vakh jagah to loki apne ghar chhad ke itthe aa rahe hegi a. We are a humanitarian country. Te jab main janni aa te main airport te lokan de tag dekhni aa jaan ke loki kai par Canada de tag laundi aa, because you know ke aha ek pride da symbol hega ya. So I think what we've done internationally is something that I'm extremely proud of. Je tusi hun dekho trade di gal karo, Canada is the only nation jehda ki apne ko CPTPP, apne ko CETA ki kehnde hega, NAFTA si sign kita hega ya, CPTPP sign kiti hega ya. And if you look at jit market grow ho rahi hegi ya, I mean, it has not been done under the last 10 years of conservative government. So I think we've taken bold actions. Apne businesses nu assi hor opportunity de rahe hegi ya ke oho bahar jaake hor apne businesses naal export karan. But ode naal ki hunda Veer ji, at home, we're actually creating an environment jithe ki tusi middle class have better jobs, they're growing. It's a very important contrast to make, because when conservative sarkar aundi hai, oh hamesha cuts karde hai giya, but when liberal sarkar aundi hai, we continue to invest. Sade ko choices si ge, but we made sure that we invest in Canadians to ensure that we continue to grow the economy, and that way middle class themselves are growing as well. So gender equality ya feminism di gal kiti, is te main baat chahunda pehla international di apan jo gal baat kar rahe hain. ਟ੍ਰੇਡ ਦਾ ਵੀ ਤੁਸੀਂ ਉਹ ਚ ਜ਼ਿਕਰ ਕੀਤਾ, ਚਾਈਨਾ ਨਾਲ ਜਿਹੜਾ ਸਾਡਾ ਟ੍ਰੇਡ ਸੀਗਾ ਉਹ ਘਟਿਆ ਹੈਗਾ ਆ, ਅਮਰੀਕਾ ਨਾਲ ਆਪਾਂ ਨਾਫਟਾ ਭਾਵਾਂ ਸਾਈਨ ਕੀਤਾ ਉਹਦੇ ਵਿੱਚ ਵੀ ਕੁਛ ਗਿਰਾਵਟ ਆਈ ਹੈ ਜੋ ਪਹਿਲਾਂ ਹੁੰਦਾ ਸੀਗਾ। ਸੋ ਆਪਾਂ ਇੱਕ ਤਾਂ ਕੈਨੇਡਾ ਘਰ ਦੇ ਅੰਦਰ ਜਿਹੜੇ ਹੈਗੇ ਲੋਕਾਂ ਦੇ ਆਪਾਂ ਟੈਕਸਿਸ ਲਾ ਕੇ ਪਾਓ ਕਰ ਰਹੇ ਹਾਂ, ਜਿਹੜੇ ਕੈਨੇਡੀਅਨ ਬਿਜ਼ਨਸ ਹੈਗੇ ਨੇ ਜਿਹੜੇ ਬਾਹਰਲੇ ਮੁਲਕਾਂ ਨਾਲ ਕਰਦੇ ਨੇ ਜਾਂ ਇੰਟਰਨੈਸ਼ਨਲ ਲੈਵਲ 'ਤੇ ਜਿਹੜੀ ਇੱਕ ਇਮੇਜ ਹੈਗੀ ਆ ਉਹ ਕਿਤੇ ਨਾ ਕਿਤੇ ਮਹਿਸੂਸ ਹੁੰਦਾ ਕਿ ਇੱਦਾਂ ਇਫੈਕਟ ਹੋਈ ਹੈ ਕੈਨੇਡਾ 'ਤੇ। Veer ji, I mean, we can agree to disagree, kyunki main I get to travel around the world and I get to talk to people and I get to talk to my constituents every day. ਅਤੇ ਮੈਨੂੰ ਲੱਗਦਾ ਵੀਰ ਜੀ ਜਿਹੜੇ ਕਿ ਹੁਣ ਆਪਣੇ ਸਪੈਸ਼ਲੀ ਸਮਾਲ ਬਿਜ਼ਨਸ ਹੈਗੇ ਆ ਜਿਹੜੇ ਮੈਂ ਉਹਨਾਂ ਨਾਲ ਗੱਲਬਾਤ ਕਰਦੀ ਹੈਗੀ ਆ, ਇੱਕ ਤਾਂ ਪਹਿਲਾਂ ਅਸੀਂ ਆਪਣੇ ਸਮਾਲ ਬਿਜ਼ਨਸਿਸ ਦਾ ਜਿਹੜਾ ਟੈਕਸ ਹੈਗਾ ਉਹ ਘਟਾਇਆ, ਚਲੋ ਕਿ 11% ਤੋਂ ਹੁਣ 9% ਹੈਗਾ ਆ। ਉਹਦੇ ਬਾਅਦ ਜੇ ਤੁਸੀਂ ਦੇਖੋ ਜਦ ਅਸੀਂ ਵੀ ਓਪਨ ਅ ਮਾਰਕੀਟਸ, ਵੀਰ ਜੀ ਨਾਫਟਾ ਵਾਜ਼ ਨੋਟ ਐਨ ਈਜ਼ੀ ਟਾਸਕ, ਉਹ ਅਸੀਂ ਸਾਡੇ ਰੇਡਰ ਚ ਨਹੀਂ ਸੀਗਾ ਕਿ ਦੈਟ ਸਮਥਿੰਗ ਦੈਟ ਵੀ ਵਿਲ ਡੀਲ ਵਿਦ, ਐਂਡ ਵੀ ਆਰ ਆਬਵੀਅਸਲੀ ਡੀਲਿੰਗ ਵਿਦ ਅ ਟਰੰਪ ਐਡਮਿਨਿਸਟ੍ਰੇਸ਼ਨ, ਸੋ ਤੁਸੀਂ ਚੈਲੰਜਸ ਸਾਰੇ ਦੇਖ ਸਕਦੇ ਹੋ ਗਏ। ਪਰ ਆਈ ਥਿੰਕ ਇਹ ਕੈਨੇਡੀਅਨਸ ਦੀ ਕਮਿਟਮੈਂਟ ਸੀਗੀ, ਆਈ ਥਿੰਕ ਆਲ ਕੈਨੇਡੀਅਨਸ ਫਰੋਮ ਆਲ ਅਕ੍ਰੋਸ ਕੈਨੇਡਾ ਵਰਕਡ ਰੀਲੀ ਹਾਰਡ, ਤੇ ਮੈਂ ਆਈ ਰੀਲੀ ਵਾਂਟ ਟੂ ਅਪਲੌਡ ਸਾਡੀ ਜਿਹੜੀ ਕਿ ਫੋਰਨ ਮਿਨਿਸਟਰ ਹੈਗੇ ਕ੍ਰਿਸਟੋ ਫਿਲੈਂਡ ਫੋਰ ਟੇਕਿੰਗ ਦਿਸ ਟਾਸਕ ਐਂਡ ਮੇਕ ਸ਼ੋਰ ਦੈਟ ਵੀ ਸਾਈਨ ਦੈਟ ਨਾਫਟਾ ਵਿਚ ਇਜ਼ ਹੈਲਪਿੰਗ ਸਾਡਾ ਸਭ ਤੋਂ ਲਾਰਜੈਸਟ ਟ੍ਰੇਡਿੰਗ ਪਾਰਟਨਰ ਹੈਗਾ ਆ। ਬਟ ਇਫ ਯੂ ਲੁੱਕ ਐਟ CPTPP ਤੇ ਜਿਹੜਾ ਆਪਾਂ ਹੋਰ ਯੂਰੋਪੀਅਨ ਯੂਨੀਅਨ ਨਾਲ ਜਿਹੜੇ ਸਾਈਨ ਕੀਤੇ ਅਗਰੀਮੈਂਟਸ, ਵੀ ਹੈਵ ਵਨ ਆਫ ਵੇਅਰ ਕੈਨੇਡਾ ਇਜ਼ ਵੈਰੀ ਯੂਨੀਕ ਕਿ ਤੁਹਾਨੂੰ ਬਹੁਤ ਓਪਰਚੁਨਿਟੀਆਂ ਹੈਗੀਆਂ ਟੂ ਡੂ ਬਿਜ਼ਨਸਿਸ ਵਿਦ। ਆਪਾਂ ਹੁਣ ਤੁਸੀਂ ਵੀ ਜ਼ਿਕਰ ਕੀਤਾ ਜੈਂਡਰ ਇਕੁਆਲਿਟੀ ਐਂਡ ਫੈਮਿਨਿਜ਼ਮ ਦਾ, ਬਹੁਤ ਵਧੀਆ ਗੱਲ ਹੈ। ਇੱਕ ਜੈਂਡਰ ਇਕੁਆਲਿਟੀ ਵਾਲੀ ਇੱਕ ਕੈਬਨਿਟ ਕੈਨੇਡਾ ਦੀ ਸੀਗੀ, ਹੁਣ ਭਾਵਾਂ ਨਹੀਂ ਹੈਗੀ, ਹੁਣ ਵੀ ਹੈਗੀ ਵੀਰ ਜੀ। ਦੋ ਮਿਨਿਸਟਰਸ ਜਿਹੜੇ ਤੁਹਾਡੇ ਸੀਗੇ ਜੇਨ ਫਿਲਪੋਟ ਅਤੇ ਵਿਲਸਨ ਰੇਵੋਲਟ, ਉਹਨਾਂ ਨੂੰ ਕੱਢਣ ਤੋਂ ਬਾਅਦ ਇੱਕ ਦਾ ਮੇਰੇ ਖਿਆਲ ਨਾਲ ਸ਼ਾਇਦ ਫਰਕ ਹੈਗਾ, ਇੱਕ ਮੇਲ ਵੱਧ ਹੈਗਾ ਫੀਮੇਲ ਦੇ ਨਾਲੋਂ। ਖੈਰ ਲਿਬਰਲ ਪਾਰਟੀ ਆਪਣੇ ਆਪ ਨੂੰ ਇੱਕ ਇੱਕ ਪ੍ਰੈਜੈਂਟ ਇੱਦਾਂ ਕਰਦੀ ਕਿ ਵੀ ਆਰ ਫੈਮਿਨਿਸਟ ਅਤੇ ਆਪਾਂ ਇੱਕ ਆਪਣਾ ਜੈਂਡਰ ਇਕੁਆਲਿਟੀ ਦੀ ਗੱਲਬਾਤ ਕਰਦੇ ਹਾਂ, ਪਰ ਤੁਹਾਡੇ ਆਪਣੇ ਹੀ ਕੌਕਸ ਦੇ MP ਹੈਗੇ ਨੇ ਉਹ ਇਲ ਟ੍ਰੀਟਮੈਂਟ ਦਾ ਇਲਜ਼ਾਮ ਲਾਉਂਦੇ ਨੇ, ਉਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਤੁਸੀਂ ਆਪ ਉਸ ਕੌਕਸ ਦੇ ਮੈਂਬਰ ਹੈਗੇ ਹੋ, ਤੁਸੀਂ ਕਿੱਦਾਂ ਫੀਲ ਕਰਦੇ ਹੋ? ਵੀਰ ਜੀ ਮੈਂ ਦੱਸ ਸਕਦੀ ਹੈਗੀ ਹਾਂ, ਜਦ ਮੈਂ 2015 ਦੇ ਅੰਦਰ ਜਿਹੜੇ ਲਿਬਰਲ ਕੌਕਸ ਦੇ ਅੰਦਰ ਸੀਗਾ, ਆਈ ਵਾਜ਼ ਦ ਯੰਗੈਸਟ ਕੌਕਸ ਮੈਂਬਰ ਆਪਣੀ ਕੌਕਸ ਦੇ ਅੰਦਰ, ਅਤੇ ਯੂ ਕੈਨ ਇਮੈਜਿਨ ਐਕਚੁਲੀ ਜਦ ਮੈਂ ਵਨ ਆਈ ਡਿਸਾਈਡਡ ਟੂ ਰਨ ਫੋਰ ਪੋਲੀਟਿਕਸ, ਆਪਣੀ ਕਮਿਊਨਿਟੀ ਦੇ ਅੰਦਰ ਲੋਕਾਂ ਨੇ ਮੈਨੂੰ ਬਹੁਤ ਕਿਹਾ ਕਿ ਤੂੰ ਨਾ ਰਨ ਕਰ, ਕਿ ਹਾਲੇ ਆਈ ਵਾਜ਼ ਅਬਾਊਟ 25-26 ਈਅਰਸ ਓਲਡ। ਉਹ ਕਹਿੰਦੇ ਹਮੇਸ਼ਾ ਕਮਿਊਨਿਟੀ ਕਹਿੰਦੇ ਤੁਸੀਂ ਹਾਲੇ ਵਿਆਹ ਨਾ ਕਰਿਓ, ਤੁਸੀਂ ਵਿਆਹ ਕਰੋ ਆਪਣੇ ਕਰੀਅਰ, ਆਮ ਏ ਰਜਿਸਟਰਡ ਨਰਸ ਬਾਈ ਪ੍ਰੋਫੈਸ਼ਨ, ਯੂ ਹੈਵ ਅ ਗੁੱਡ ਜੋਬ। ਐਂਡ ਆਈ ਥਿੰਕ ਵਨ ਪਰਸਨ ਦੈਟ ਇਨਸ਼ੋਰਡ ਦੈਟ ਗੇਵ ਮੀ ਜਿਹੜੀ ਕਿ ਜਿਹਨਾਂ ਨਾਲ ਮੈਂ ਇੰਸਪਾਇਰ ਸੀਗੀ, ਉਹ ਸੀਗੀ ਸਾਡੇ ਲੀਡਰ ਜਸਟਿਨ ਟਰੂਡੋ। ਇਟ ਵਾਜ਼ ਅਬਾਊਟ ਹਿਸ ਵਿਜ਼ਨ, ਇਟ ਵਾਜ਼ ਅਬਾਊਟ ਹਾਊ ਹੀ ਪੋਰਟਰੇਟਸ ਇਟ ਹਿਮ। ਨਾਲੇ ਵਿੱਚ ਨਾ ਅਸੀਂ ਸਿਰਫ ਗੱਲਾਂ ਕਰਦੇ ਹੈਗੇ ਆ, ਜੈਂਡਰ ਜਿਹੜਾ ਕਿ ਬੈਲੈਂਸ ਕੈਬਨਿਟ ਸੀਗੀ, ਇਟ ਵਾਜ਼ ਅ ਬੋਲਡ ਮੂਵ ਟੂ ਮੇਕ। ਐਂਡ ਉਹ ਸਿਰਫ ਇੱਕ ਚੀਜ਼ ਹੈਗੀ ਆ, ਜੇ ਤੁਸੀਂ ਦੇਖੋ ਵੀਰ ਜੀ, ਇਨਵੈਸਟਮੈਂਟਸ ਜਿਹੜੀ ਕਿ ਹੁਣ ਫੋਰ ਵੁਮੈਨ ਐਂਡ ਗਰਲਸ ਹੀਅਰ ਡੋਮੈਸਟਿਕਲੀ ਅਸੀਂ ਕੀਤੀ ਹੈਗੀ ਆ, ਜਿਹੜੀ ਕਿ ਵੁਮੈਨ ਔਰਗਨਾਈਜੇਸ਼ਨਸ ਜਿਹੜੀਆਂ ਕਿ 10 ਸਾਲਾਂ ਵਿੱਚ ਮੰਗ ਰਹੀਆਂ ਸੀਗੀਆਂ, ਦੈਟ ਦੇ ਹੈਵਨ ਗੋਟ ਐਨੀ ਪੈਨੀ, ਕਿਉਂਕਿ ਜਿਹੜੀ ਕਿ ਸੈਕਸ਼ੂਅਲ ਰੀਪ੍ਰੋਡਕਟਿਵ ਹੈਲਥ ਰਾਈਟਸ ਹੈਗੇ ਆ, ਜਿਹੜੇ ਹੋਰ ਵੀ ਜਿਹੜੀ ਕਿ
little things that women need. Conservative government hamesha ye women's right to choose ho gaya ya ho kita caucus de apne andar le bande hi kehnde pe ki bahut ill treatment te jo image portray kiti jandi hai bahar oh asal ch hai nahi. Riji, what I can tell you is that as a female member of caucus, of a woman of color, I have utmost respect for a prime minister. I think bahut cheezan hoyan ne, I think jede vi Canadian dekh sakde hai the whole SNC affair and what has come to, and I think oh dekh sakde sade prime minister ne sade pradhan mantri ne unprecedented access ditta hai gaya for Canadians to really see the sides, and I think Canadians understand ke end of the day it was about all about making sure that हरेक ऑप्शन देने हैं गया टू प्रोटेक्ट आवर जॉब्स 9,000 जॉब्स इज अ बिग डील एंड टू इंश्योर दैट जो पेंशनर्स है गया या थर्ड पार्टी जो कि सप्लायर्स है गया दैट वी आर लुकिंग इनटू देयर आईज एंड इंश्योरिंग दैट वी लुक्ड एट एवरी ऑप्शन पॉसिबल जी समा हो रहा है ब्रेक का ब्रेक के बाद आप इसे मुद्दे को कंटिन्यू रखेंगे समा हो रहा है जी ब्रेक का ब्रेक के बाद अभी वापस आने हैं तो इसी तरह जुड़े रहो प्राइम एशिया टीवी के साथ सारे दर्शकों का ब्रेक के बाद एक बार फिर से स्वागत है कमल जी आप गलबात कर रहे एस एन सी लैवल के मुद्दे के उ जिक्र किया कि भी आप जॉब्स प्रोटैक्ट करने के मकसद न यह सारा कुछ किया जबकि एस एन सी लैवल के सी ए आप कहें कि जॉब्स का इशू गलबात कद आया ही नहीं Viji, see, maybe you're quoting one piece of article that you probably saw, but just to see, it's a very straight economy, right? In terms of jada ki SNC issue hai, and I don't think it bears me repeating, because bahut the discussion ho chuki hai. But I think as Canadians can see, as the unprecedented access ditta, there are parliamentary committees that have looked at it. There are offices of parliament and NECTIS commissioners that are looking into it. And I think end of the day, jada ki the former attorney general Navy kya hai ga, hey, straight up that. There was no, and you know, she knows that it was only her decisions to make in the end. Then now the issue is still before the court. So I think apan ide bare hun gal kariye, it's inappropriate. Tusi kithe regret karde ho ki bhi is mudde nu sahi tarike naal tackle nahi kita gaya. Is to pehla sara kuch vadhiya chal reha si, liberals di image bahut vadhiya si. Jadon eh kithe light vich aaya, us to baad sara kuch downfall ch gaya. Nahi Viji, I think this is something that you know, we should know that ਹੁੰਦੇ ਰਹਿੰਦੇ ਇਹੋ ਜਿਹੇ ਇਸ਼ੂਜ਼ ਐਂਡ ਆਈ ਥਿੰਕ ਬਟ ਸਾਡਾ ਜਿਹੜਾ ਫੋਕਸ ਹੈਗਾ ਹਮੇਸ਼ਾ ਇਕਾਨਮੀ 'ਤੇ ਰਿਹਾ ਸਾਡਾ ਜਿਹੜਾ ਫੋਕਸ ਹਮੇਸ਼ਾ ਮਿਡਲ ਕਲਾਸ 'ਤੇ ਰਿਹਾ ਹੈਗਾ ਆ ਐਂਡ ਉਹੀ ਤੁਸੀਂ ਦੇਖ ਰਹੇ ਹੈਗੇ ਹੋ ਥਰੂ ਅ ਬਜਟ ਆਫਟਰ ਬਜਟ ਦੈਟ ਸਮਥਿੰਗ ਦੈਟ ਵੇਅਰ ਇਨਵੈਸਟਿੰਗ ਇਨ ਐਂਡ ਇਟ ਇਜ਼ ਅਨਫੋਰਚੂਨੇਟ ਜੇ ਤੁਸੀਂ ਦੇਖੋ ਕਿ ਹੁਣ ਆਪਣੀ ਫੋਰਡ ਗਵਰਨਮੈਂਟ ਜਾਂ ਹੋਰ ਜਿਹੜੀਆਂ ਗਵਰਨਮੈਂਟ ਹੈਗੀਆਂ ਨੇ ਦੇ ਆਰ ਅਟੈਕਿੰਗ ਆਪਣੇ ਸਕੂਲਸ ਹੁਣ ਮੈਂ ਕਿੰਨੀਆਂ ਆਪਣੇ ਸਟੂਡੈਂਟਸ ਨੂੰ ਜਾਣਦੀ ਹੈਗੀਆਂ ਬਿਕੋਜ਼ ਆਮ ਕੰਸਿਡਰ ਮਾਈ ਸੈਲਫ ਅ ਯੰਗ ਮੈਂਬਰ ਸਟਿਲ ਐਂਡ Look at the schools that have been affected. Look at apna healthcare. As a registered nurse, I think it's unacceptable ke jede ki apne making huge cuts jede ki apne healthcare de andar Viji. They one of the biggest thing Viji that we're waiting for was jede ki infrastructure de bare gal kita. We signed a $11.8 billion agreement with the province of Ontario. But Ford sarkar ne eh projects roke hoye ne. ਅਤੇ ਇਹ ਬਜਟ ਦੇ ਅੰਦਰ ਇਨ 2019 ਵੀ ਮੇਡ ਸ਼ੋਰ ਕਿ ਜਿਹੜੇ ਕਿ ਆਪਣਾ ਮਿਊਨਿਸਪੈਲਿਟੀਆਂ ਨਾਲ ਗੱਲ ਕਰਕੇ ਉਹ ਕਹਿੰਦੇ ਵੀ ਨੀਡ ਪ੍ਰੋਜੈਕਟਸ ਐਂਡ ਵੀ ਨੀਡ ਪ੍ਰੋਜੈਕਟਸ ਫੋਰ ਆਰ ਕੰਸਟੀਚੂਐਂਟਸ ਸੋ ਵੀ ਇਨਸ਼ੋਰ ਦੈਟ ਅਸੀਂ ਡਬਲ ਅਪ ਕਰਤਾ ਜਿਹੜਾ ਕਿ ਇਨਫਰਾਸਟਰਕਚਰ ਟੌਪ ਅਪ ਹੁੰਦਾ ਆ ਸੋ ਮਿਊਨਿਸਪੈਲਿਟੀਜ਼ ਆਰ ਗੈਟਿੰਗ ਡਾਇਰੈਕਟ ਮਨੀ ਬਟ ਆਈ ਵੁੱਡ ਆਲਸੋ ਕਾਲ ਔਨ ਮੈਂ ਵੀ ਯੂ ਨੋ ਵੀ ਮੇਡ ਸ਼ੋਰ ਦੈਟ ਵੀ ਰੋਟ ਲੈਟਰਸ ਟੂ ਆਪਣੇ ਮਿਊਨਿਸਪਲ ਪਾਰਟਨਰਸ ਐਜ਼ ਵੈਲ ਟੂ ਕਾਲ ਔਨ ਆਰ ਐਮ ਪੀ ਪੀਜ਼ ਜਿਹੜੇ ਕਿ ਇਹ ਪ੍ਰੋਜੈਕਟਸ ਜਿਹੜੇ ਕੰਸਟੀਚੂਐਂਟਸ ਨਾਲ ਬਹੁਤ ਹੀ ਦੇ ਆਰ ਰੀਅਲੀ ਇੰਪੋਰਟੈਂਟ ਟੂ ਦੈਮ ਜਿਹੜੇ ਉਹਨਾਂ ਨੇ ਰੋਕੇ ਹੋਏ ਨੇ ਇੱਕ ਹੋਰ ਕਾਫੀ ਜਿਹੜਾ ਇੰਪੋਰਟੈਂਟ ਮੁੱਦਾ ਹਰ ਇੱਕ ਆਮ ਫੈਮਿਲੀ ਨੂੰ ਜਿਹੜਾ ਕਿ ਕਾਫੀ ਮੈਟਰ ਕਰਦਾ ਇਮੀਗ੍ਰੇਸ਼ਨ ਦਾ ਆ ਪੇਰੈਂਟਸ ਗ੍ਰੈਂਡ ਪੇਰੈਂਟਸ ਦਾ ਜਿਹੜਾ ਤੁਹਾਡਾ ਲੋਟਰੀ ਸਿਸਟਮ ਹੈ ਉਹਨੂੰ ਤੁਸੀਂ ਕਿੰਨਾ ਕੁ ਐਫੀਸ਼ੀਐਂਟ ਸਮਝਦੇ ਹੋ Viji, jad asi aaye sige back in 2015, jad tusi dekhiya immigration system, immigration backlog was a huge mess. Asi bahut hi jyada, you know, we made sure that we took immediate steps to reduce just that. Je tusi pehla apa, main pehla hor cheezan di gal karna chahungi, if you don't mind. Sure. ਜੇ ਤੁਸੀਂ ਦੇਖੋ ਵੀਰ ਜੀ ਜਿਹੜੇ ਸਪੈਲਜ਼ਲ ਕੇਸ ਸੀਗੇ ਉਹਨਾਂ ਨੂੰ 2 ਸਾਲ ਲੱਗਦੇ ਹੁੰਦੇ ਸੀਗੇ ਟੂ ਰੀਨਾਈਟ ਵਿਦ ਯਰ ਫੈਮਲੀਜ਼ ਹੁਣ ਉਹ 80% ਦਾ ਕੇਸ ਆਰ ਐਕਚੁਲੀ ਡਨ ਲੈਸ ਦੈਨ ਅ ਈਅਰ 12 ਮਹੀਨਿਆਂ ਤੋਂ ਪਹਿਲਾਂ ਹੋ ਜਾਂਦੇ ਹੈਗੇ ਆ ਜਿਹੜੇ ਕਿ ਵੀਰ ਜੀ ਪੇਰੈਂਟਸ ਅਤੇ ਗ੍ਰੈਂਡ ਪੇਰੈਂਟਸ ਦੇ ਸਿਰਫ 5,000 ਕੇਸਿਸ ਹੁੰਦੇ ਸੀਗੇ ਦੈਟ ਯੂ ਕੈਨ ਅਪਲਾਈ ਫੋਰ ਬੈਕ ਇਨ 2015 ਵੀ ਹੈਵ ਇਨਕਰੀਮੈਂਟਲੀ ਇਨਕਰੀਸ ਦਮ ਪਹਿਲਾਂ 10,000 ਕੀਤੇ ਫਿਰ ਨਾਓ ਵੀਵ ਐਕਚੁਲੀ ਕੁਆਡਰੂਪਲਡ ਇਟ ਐਂਡ ਇਟਸ 20,000 ਐਪਲੀਕੈਂਟਸ ਜਿਹੜੇ ਕਿ ਹੈਗੇ ਨੇ ਹਸਾਲ ਦੇ ਲੱਤੇ ਹੈਗੇ ਆ ਪਰ ਵੀਰ ਜੀ ਦੇਖੋ ਥਰੂ ਆਊਟ ਦ ਸਿਸਟਮ ਐਜ਼ ਵੈਲ ਆਈ ਥਿੰਕ ਲੋਟਰੀ ਸਿਸਟਮ ਵਾਸ ਸਮਥਿੰਗ ਜੇ ਅਸੀਂ ਸੁਣਿਆ ਲੋਕਾਂ ਦੀ ਗੱਲਾਂ ਕਿਸ ਦੇ ਥਾਟ ਇਟ ਵਾਸ ਇਨ
wasn't working at the best interest. Aha, these issues we took back to the ministry. They je tusi dekhyo is saal it was first come first serve basis, but it was also to make sure kyunki pehla jad conservative sarkar hundi si ki people had to wait in lines virji and jehde koi rich hunde si ki oh pehla lokan nu paise de ke line ch ruka dinde si. So we made sure at least it's a fair and just system ke tusi at least everyone is going online, and now we actually had a lot more it's 20,000 applications, more people are coming, and I think Mahmesh Ganiya, Justin Trudeau, they, you know, they actually, you know, their dad karke hi jehde pre alert Trudeau si ge ona karke hi oh immigration di lines pehli baar southeast asia ch khulliyan si giyan, and I think it is under the leadership of our prime minister that we have seen significant changes to ensure that apna jehdi families nu reunite kariye. That is a huge commitment, something jehde said 90% of the work that I do in my constituency, as you can imagine, Virgie Brampton de andar is immigration, and I think there's a lot of changes that we've made that are, if you look at jada backlog siga 80% backlog asi cut kita hai gaya, and I think there's a lot more work that we need to do, but I think we need to continue to work on a good path rather than ki jodi fear monger jodi ki apa dekhde hai gaya Andrew Scheer ya hor jodi party kar rahi hai gaya. We need to be focused on what we are doing and we'll continue to do that. So fair and just system di gal baat kiti hai hune recently Justin Trudeau ne 114 million jede illegally Canada enter kite ne unna nu unna de utte lagaun waste assign kite ne, te dooje passe parent grandparent te apa gal kar rahe si ਉਹ ਮੇਰ ਵਿਦ ਇਨ 10 ਮਿੰਟਸ ਉਹ ਜਿਹੜਾ ਸਿਸਟਮ ਹੈ ਬੰਦ ਹੋ ਜਾਂਦਾ ਅਭੀ ਜੀ ਦੇਖੋ ਜਿਹੜੀ ਫਰਸਟ ਆਫ ਆਲ ਆਈ ਵੋਂਟ ਕਾਲ ਇਟ ਇਲੀਗਲ ਇਮੀਗ੍ਰੈਂਟਸ ਦੇ ਆਰ ਇਰੈਗੂਲਰ ਇਮੀਗ੍ਰੈਂਟਸ ਐਂਡ ਆਈ ਥਿੰਕ ਇਟ ਹੈਸ ਟੂ ਬੀ ਰੀਲੀ ਕਲੀਅਰ ਕਿਉਂਕਿ ਕੈਨੇਡਾ ਨੇ ਲਾਈਕ ਮੈਨੀ ਅਦਰ ਕੰਟਰੀਜ਼ ਹੈਜ਼ ਇੰਟਰਨੈਸ਼ਨਲ ਲਾ ਜਿਹੜੇ ਕਿ ਕਈ ਆਉਂਦੇ ਨੇ ਜਿਹੜੇ ਆਉਂਦੇ ਵੀ ਹੈਗੇ ਨੇ ਇਰੈਗੂਲਰਲੀ ਜਿਹੜੇ ਇਮੀਗ੍ਰੈਂਟ ਆਉਂਦੇ ਆ ਦੇਰ ਇਜ਼ ਅ ਹਿਊਜ ਪ੍ਰੋਸੈਸ ਦੈਟ ਗੋਜ਼ ਥਰੂ ਐਂਡ ਵੀ ਹੈਵ ਇਨਵੈਸਟਡ ਅ ਲੋਟ ਆਫ ਮਨੀ ਇਨ ਸੀਬੀਐਸਏ ਐਂਡ ਅਦਰਸ ਟੂ ਇਨਸ਼ੋਰ ਦੈਟ ਕਿ ਆਰ ਬੋਰਡਰਸ ਆਰ ਪ੍ਰੋਟੈਕਟਡ ਐਜ਼ ਵੈਲ ਪਰਵੀਰ ਜੀ ਜੇ ਤੁਸੀਂ ਦੇਖੋ ਜਿਵੇਂ ਮੈਂ ਪਹਿਲਾਂ ਗੱਲ ਕੀਤੀ whether it is spousal cases, whether it is parents or grandparents, we have made significant changes. Jehdi 5000 applications hundiyan si 2015 de vich hun oh 20000 applications hai giyan. I think there's always ways the nare jehdi pehla lottery system si ga oh vi change karke assi we first did first come first serve, but as you know I always say ke sab to best policy hundi hai jab community gets involved, and I think jehdi changes aayan ne that's something that we heard back in 2015 and we'll continue to hear them Virji jime jime public you know request chaundi hai gi ya we will continue to immigration is a huge you know it's a huge machinery Virji it takes a lot of times assi jinna chara sala ch kita ya and I'm very happy to see the results of that, but there's a lot more work that we need to continue to do and we'll do just that. ਇੱਕ ਹੋਰ ਜਿਹੜਾ ਮੁੱਦਾ ਆਪਣੀ ਕਮਿਊਨਿਟੀ ਨੂੰ ਖਾਸ ਤੌਰ ਤੇ ਕਾਫੀ ਇਫੈਕਟ ਕਰਦਾ ਉਸ ਤੇ ਕਾਫੀ ਚਰਚਾ ਚੱਲਦੀ ਰਹੀ ਹੈ ਉਸ ਕੀ 2018 ਦੀ ਪਬਲਿਕ ਸੇਫਟੀ ਰਿਪੋਰਟ ਉਸ ਦੇ ਜਿਹੜੇ ਕੁਝ ਵਰਡਸ ਯੂਜ਼ ਕੀਤੇ ਗਏ ਸੀ ਉਹਨਾਂ ਨੂੰ ਲੈ ਕੇ ਕਾਫੀ ਰੌਲਾ ਪੈਂਦਾ ਰਿਹਾ ਹੁਣ ਉਹ ਕੁਝ ਚੇਂਜ ਕਰ ਦਿੱਤੇ ਗਏ ਨੇ ਕਿਉਂ ਚੇਂਜ ਕੀਤੇ ਗਏ ਤੇ ਪਹਿਲਾਂ ਪਾਏ ਹੀ ਕਾਤੇ ਗਏ ਸੀ ਉਸ ਬਾਰੇ ਥੋੜਾ ਦੱਸਿਓ Vijay, I think jehde vi viewers hai gaya, they should first and foremost understand ke jehdi eh public safety report hundi aa it is through the top security agencies jehde in Canada di hai gaya, they make the report, right? It then the quick political interference nahi hundi, but what I think jada si report mai bhi dekhi you know there were some concerns regarding some of the language that we used ke tusi ek community nu karke you know you don't tarnish the whole community based on jehdi ki biased language use kiti gayi sigi. So us time minister ne public safety minister ne right away kaha ke you know I have asked my officials to look at ke the context should never be changed Virji, these are top intelligence, we should respect that, but to look at how we can better have an unbiased approach to some of the language that was used, and I think that's been undergoing and you have seen some results of that whole language change hogi, and I think it should be a non issue Virji quite honestly, because there's agencies and governments that look at different reports and the language that goes into it. The issue hai taan kar kya hai ki pehla kisi report de vich eh naam aaya nahi te suddenly Justin Trudeau jadon Bharat phir to wapas aunde ne jo keha janda hai kisi tarah de pressure adheen hai ga te 2018 di report vich eh naam aa janda hai. Virji, to imply that it has any political interference, hai sadiyan top agencies hagiyan throughout the government to say that there's any political interference is some it's actually undermining our rule of law, and I think pichle reports vich kyon nahi aaya naam Virji, what I'm saying is I think it was a language that was changed, and I think context jada hai ga ya oh it's in the report jada ki and I don't think I should say much into it because a report public hai ga, and I think it's about
people to understand that it's about the language that they looked at and they change it, and I think there's nothing more to it. Okay, so jehda ek khas saadi community naal jehda sambandh rakhda si oh words change kar ditte gaye ne, but dooji ik hor community de naal do ਹੋਰ ਜਿਹੜੇ ਨਾਮ ਉਹਦੇ ਵਿੱਚ ਨੇ ਉਹ ਹਾਲੇ ਚੇਂਜ ਨਹੀਂ ਕੀਤੇ ਗਏ ਉਹ ਤੇ ਕਿਉਂ ਨਹੀਂ ਵਿਚਾਰ ਹੋ ਰਿਹਾ ਵੀ ਜੀ ਉੱਤੇ ਵਿਚਾਰ ਹੋ ਰਿਹਾ ਹੈਗਾ ਐਂਡ ਐਕਚੁਅਲੀ ਵਿਦਨ ਦ ਫਿਊ ਡੇਸ ਆਈ ਥਿੰਕ ਯੂ ਵਿਲ ਸੀ ਸਮ ਰਿਜ਼ਲਟ ਆਫ ਦੈਟ ਐਸ ਵੈਲ ਫਰਮ ਵਾਟ ਆਈ ਨੋ ਦੇ ਜਸਟ ਵੇਟਿੰਗ ਔਨ ਦ ਵਰਡਿੰਗਸ ਕਈ ਤਰ੍ਹਾਂ ਦੇ ਪੋਲਸ ਆਉਂਦੇ ਨੇ ਇਲੈਕਸ਼ਨਸ ਤੋਂ ਪਹਿਲਾਂ ਹੁਣ ਜਿਹੜੇ ਪੋਲਸ ਦਿਖਾ ਰਹੇ ਨੇ ਤੁਸੀਂ ਕਿੰਨਾ ਕੁ ਉਸ ਤੇ ਭਰੋਸਾ ਕਰਦੇ ਹੋ ਕੰਜ਼ਰਵੇਟਿਵਸ ਨੂੰ ਤਕਰੀਬਨ ਸਾਰੇ ਪੋਲਸ ਵਿੱਚ ਮੈਜੋਰਿਟੀ ਤਾਂ ਨਹੀਂ ਆ ਰਹੀ ਬਟ ਤੁਹਾਡਾ ਲੀਡ ਕਰ ਰਹੇ ਨੇ ਤੇ ਲਿਬਰਲਸ ਪਹਿਲਾਂ ਨਾਲੋਂ ਕਾਫੀ ਹਲੇ ਥੱਲੇ ਆ ਰਹੇ ਨੇ ਤੁਸੀਂ ਕਿਵੇਂ ਵੇਖਦੇ ਹੋ ਪੋਲਸ ਨੂੰ ਵੀ ਜੀ ਜਿਹੜੀ ਇੱਕ ਪੋਲ ਸਾਰਿਆਂ ਨੂੰ ਦੈਟਸ ਅ ਮੋਸਟ ਇੰਪੋਰਟੈਂਟ ਪੋਲ ਜਿਹੜੀ ਕਿ ਇਲੈਕਸ਼ਨ ਡੇ ਪੋਲ ਹੁੰਦੀ ਹੈਗੀ ਆ ਐਂਡ ਆਈ ਥਿੰਕ ਕੈਨੇਡੀਅਨਸ ਉਹ ਸਭ ਤੋਂ ਐਕੂਰੇਟ ਪੋਲ ਹੁੰਦੀ ਆ ਤੇ ਦੈਟਸ ਵਾਟ ਕੈਨੇਡੀਅਨਸ ਡਿਸਾਈਡ ਸੋ ਆਈ ਡੋਨਟ ਨੈਸੈਸਰੀ ਲੁੱਕ ਐਟ ਪੋਲਸ ਵੀ ਜੀ ਬਟ ਆਈ ਕੈਨ ਟੈਲ ਯੂ ਇਜ਼ ਜਿਹੜਾ ਵੀ ਅਸੀਂ ਕੰਮ ਕੀਤਾ ਹੈਗਾ ਆ back from 2015 to invest in middle class, to grow the middle class, to get people out of poverty, to invest in and leading the way to ensure that see pharmacare they raat chal rahe hai gaya, to ensure that we have affordable housing for our seniors, for our middle class, and new immigrants coming in, for our young people. And I think you can see VG ohi pathway assi chal rahe hai gaya throughout the budget after budget. That's the work that we have been doing, and I'm extremely proud ki assi kehda kam kita hai gaya, and I'm confident ki Canadians oh dekhenge that we're a government that has taken not just we haven't just talked we made bold decisions whether it is climate change whether it is the environment whether it is immigration and the economy and I think there's a lot more work that we need to do and that's why I always say we need to get re-elected to get that work done ਕਮਲ ਜੀ ਸਾਹਿਬ ਨੂੰ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਸਟੂਡੀਓ ਵਿੱਚ ਤੇ ਅਸੀਂ ਤੁਹਾਨੂੰ ਬੈਸਟ ਆਫ ਲੱਕ ਵਿਸ਼ ਕਰਦੇ ਹਾਂ 2019 ਇਲੈਕਸ਼ਨਸ ਵਾਸਤੇ ਥੈਂਕ ਯੂ ਵੀਜੀ ਸੋ ਇਸ ਹਨ ਬ੍ਰੈਂਪਟਨ ਵੈਸਟ ਤੋਂ ਲਿਬਰਲ ਪਾਰਟੀ ਦੇ 2019 ਦੇ ਉਮੀਦਵਾਰ ਅਤੇ ਕਰੰਟ MP ਕਮਲ ਖਹਿਰਾ ਅਸੀਂ ਆਸ ਕਰਦੇ ਹਾਂ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਸਾਨੂੰ ਆਪਣੇ ਸੁਨੇਹੇ ਜ਼ਰੂਰ ਲਿਖ ਭੇਜਣਾ ਸਾਨੂੰ ਉਡੀਕ ਰਹੇਗੀ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਪ੍ਰਾਈਮ ਏਸ਼ੀਆ TV ਦੇ ਨਾਲ ਤੁਹਾਡਾ ਆਪਣਾ ਤੁਹਾਡੇ ਲਈ